ਜਿਸ ਫਿਲਮ 'ਚ ਭਾਰਤ ਮੁਰਦਾਬਾਦ ਦੇ ਨਾਅਰੇਬਾਜ਼ੀ ਕੀਤੀ ਹੈ, ਪਾਕਿਸਤਾਨ ਦੀ ਬੜਾਈ ਦਿਖਾਈ ਜਾਵੇ, ਮੈਂ ਕਿੱਦਾਂ ਬਰਦਾਸ਼ਤ ਕਰ ਲਊ? ਇਹ ਕੋਈ ਨਵੀਂ ਫਿਲਮ ਤਾਂ ਨਹੀਂ ਹੈ, ਬਹੁਤ ਸਾਰੀਆਂ ਫਿਲਮਾਂ ਆਈਆਂ, ਤੁਸੀਂ ਉਦੋਂ ਨਹੀਂ ਕੀਤਾ ਵਿਰੋਧ? ਜਿੰਨੇ ਵੀ ਕਮਿਸ਼ਨਰ ਸਾਹਿਬ, ਸਭ ਨੂੰ ਦਰਖਾਸਤ ਦਿੱਤੀ ਜਾਊਗੀ ਤੇ ਦੇਸ਼ ਦਰੋਹ ਦਾ ਮੁਕੱਦਮਾ ਦਰਜ। ਸ਼ਿਵ ਸੈਨਾ ਕੋਲ ਧਾਰਮਿਕ ਮੁੱਦੇ ਖਤਮ ਹੋ ਗਏ, ਫਿਲਮ ਨੂੰ ਲੈ ਕੇ ਬਹਿ ਗਏ। ਪਹਿਲਾਂ ਵੀ ਇਸ ਤਰ੍ਹਾਂ ਦੀਆਂ ਹਿੰਦੀ ਫਿਲਮਾਂ ਵੀ ਬਹੁਤ ਆਈਆਂ, ਤੁਸੀਂ ਉਦੋਂ ਵਿਰੋਧ ਨਹੀਂ ਕੀਤਾ, ਹੁਣ ਤੁਸੀਂ ਜਦੋਂ ਵੀ ਕੋਈ ਨਵੀਂ ਫਿਲਮ ਆਉਂਦੀ ਹੈ ਸ਼ਿਵ ਸੈਨਾ ਅੱਗੋਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੰਦੇ। ਅਸੀਂ ਦਿਖਾਵਾਂਗੇ ਗੁਰੂ ਰੰਧਾਵਾ ਨੂੰ ਕਿ ਸ਼ਿਵ ਸੈਨਿਕ ਜਿਹੜਾ ਵਿਰੋਧ ਕਰਦੇ ਆ ਉਹਦੀ ਆਵਾਜ਼ ਕਿੱਤਕ ਜਾਂਦੀ ਹੈ, ਔਰ ਇਹਨੂੰ ਪ੍ਰੋਗਰਾਮ ਮਿਲਣੇ ਵੀ ਬੰਦ ਹੋਣ, ਪ੍ਰੋਗਰਾਮ ਵੀ ਨਹੀਂ ਮਿਲਣਗੇ, ਔਰ ਇਹਦਾ ਮੂੰਹ ਵੀ ਕਾਲਾ ਕੀਤਾ। ਲੱਗਦਾ ਨਹੀਂ ਕਿ ਉਹਨਾਂ ਚੀਜ਼ਾਂ ਦਾ ਵਿਰੋਧ ਕਰਨਾ ਚਾਹੀਦਾ ਜਿਹੜੇ ਸੋਸ਼ਲ ਮੀਡੀਆ 'ਤੇ ਭਰੇ ਪਏ, ਅਸ਼ਲੀਲ ਵੀਡੀਓਜ਼ ਭਰੀਆਂ ਪਈਆਂ, ਉਹਦਾ ਵਿਰੋਧ ਕਰੋ, ਇਹਦਾ ਵਿਰੋਧ ਕਰਕੇ ਤੁਹਾਨੂੰ ਕੀ ਮਿਲਣਾ? ਉਹਦੇ ਨਾਲ ਸਮਾਜ ਸੁਧਰੇਗਾ? ਮੇਰੀ ਗੱਲ ਸੁਣੋ, ਸਮਾਜ ਵੱਲ ਧਿਆਨ ਨਹੀਂ ਤੁਹਾਡਾ? ਸ਼ਿਵ ਸੈਨਾ ਦਾ ਮਤਲਬ ਕੀ ਹੁੰਦਾ? ਸ਼ਿਵ ਸੈਨਾ ਦਾ ਮਤਲਬ ਕੋਈ ਧਾਰਮਿਕ ਮੁੱਦੇ ਨੂੰ ਲੈ ਕੇ ਕੋਈ ਗੱਲ ਕਰੋ, ਕੋਈ ਬਾਤ ਕਰੋ, ਕੋਈ ਵੀ ਫਿਲਮ ਆਉਂਦੀ ਹੈ ਪੰਜਾਬ ਦੇ ਵਿੱਚ, ਤੁਸੀਂ ਉਹੀ ਫਿਲਮ ਨੂੰ ਲੈ ਕੇ ਨਾਅਰੇ ਲਗਾਉਣੇ ਆ, ਪੋਸਟਰ ਫਾੜਨੇ। ਸਾਡੇ ਅੰਦਰ ਖੂਨ ਹੈ ਹਿੰਦੁਸਤਾਨ ਦਾ, ਠੀਕ ਹੈ ਜੀ, ਅਸੀਂ ਕਿੱਦਾਂ ਬਰਦਾਸ਼ਤ ਕਰ ਰਹੀ ਹੈ? ਹਿੰਦੁਸਤਾਨ ਦੇ ਬੱਚੇ ਸੀ, ਪੂਰੇ ਆਲ ਵਰਲਡ ਹੈ ਜਿਹੜਾ ਬਾਈਕਾਟ ਕਰਾਵਾਂਗੇ, ਪੰਜਾਬ 'ਚ ਫਿਲਮ ਨਹੀਂ ਚੱਲਣ ਦਾਂਗੇ, ਔਰ ਹਰ ਸਿਨੇਮਾ ਘਰ ਨੂੰ ਕਹਿਣਾ ਕਿ ਉਹਦੀ ਆਪਣੀ ਜ਼ਿੰਮੇਵਾਰੀ ਹੋਵੇਗੀ ਜਿਹੜਾ ਫਿਲਮ ਚਲਾਊਗਾ। ਮੁੱਦੇ ਮੌਕੇ ਹੈਗੀ ਰਿਹਾ, ਸ਼ਿਵ ਸੈਨਾ ਪੰਜਾਬ ਕੋਲ ਮੁੱਦੇ ਮੁੱਕ ਚੁੱਕੇ ਨੇ, ਕੱਟ ਹੋਊਗਾ, ਇਹ ਫਿਲਮ ਨਹੀਂ ਚੱਲਣ ਦਿੱਤੀ ਜਾਊਗੀ, ਇਹ ਫਿਲਮ ਦਾ ਬਾਏ ਕੱਟ ਹੋਊਗਾ, ਇਹ ਫਿਲਮ ਬਿਲਕੁਲ ਹੀ ਨਹੀਂ ਚੱਲਣ ਦੇਵਾਂਗੇ। ਜ਼ੋਰ ਤਾਂ ਤੁਸੀਂ ਐਮਰਜੈਂਸੀ 'ਤੇ ਵੀ ਲਾਈ ਸੀ, ਉਹਦਾ ਵੀ ਤੁਹਾਡੇ ਅਗੇਂਸਟ ਹੀ ਹਾਲੇ ਤੱਕ ਫੈਸਲਾ ਹੈਗਾ। ਹਾਂਜੀ, ਤੁਸੀਂ ਅੱਜ ਪੋਸਟਰ ਫਾੜ ਰਹੇ ਹੋ, ਮੂਵੀ ਆ ਰਹੀ ਹੈ, ਤੁਹਾਨੂੰ ਤਾਂ ਖੁਸ਼ੀਆਂ ਮਨਾਉਣੀ ਚਾਹੀਦੀ ਕਿ ਪੰਜਾਬ ਦੇ ਵਿੱਚ ਜਿਵੇਂ ਕਲਾਕਾਰੀ ਖਤਮ ਹੋ ਰਹੀ ਹੈ, ਕਲਾਕਾਰ ਖਤਮ ਹੋ ਰਹੇ ਨੇ, ਫਿਲਮ ਆ ਰਹੀ ਹੈ, ਤੁਹਾਨੂੰ ਕੀ ਦਿੱਕਤ ਹੈ? ਖੁਸ਼ੀ ਇਹ ਮਨਾਵਾਂ ਵੀ ਪਾਕਿਸਤਾਨ 'ਚ ਮੇਰੇ ਮੰਦਰ ਤੋੜੇ ਜਾ ਰਹੇ ਨੇ, ਮੇਰੇ ਦੇਵੀ ਦੇਵਤੇ ਦੇ ਮੰਦਰ ਤੋੜੇ ਜਾ ਰਹੇ ਨੇ, ਖੁਸ਼ੀ ਇਹ ਮਨਾਵਾਂ ਮੇਰੇ ਗੁਰੂਆਂ ਦੇ ਗੁਰੂ ਘਰ ਤੋੜੇ ਜਾ ਰਹੇ, ਖੁਸ਼ੀ ਇਹ ਮਨਾਵਾਂ ਇਹਨੂੰ ਗੁਰੂ ਰੰਧਾਵੇ ਨੂੰ ਅਗਰ ਬਾਹਲਾ ਹੀ ਪਿਆਰ ਆ, ਪਾਕਿਸਤਾਨ ਜਾ ਕੇ ਰਹਿਣਾ ਸ਼ੁਰੂ ਕਰ ਦੇ, ਆਪਣਾ ਕਾਰੋਬਾਰ ਚੱਕੇ, ਆਪਣਾ ਕੰਮ ਕਾਰ ਚੱਕੇ, ਫਿਲਮਾਂ ਉੱਥੇ ਬਣਾਵੇ ਜਾ ਕੇ, ਇਹਨੂੰ ਪਾਕਿਸਤਾਨ ਜਾ ਕੇ ਰਹਿਣਾ। ਉਹ ਇੱਕ ਅਲੱਗ ਵਿਸ਼ਾ ਵਾ ਤੁਹਾਡੀ, ਤੁਸੀਂ ਫਿਲਮ ਨੂੰ ਲੈ ਕੇ ਵਿਰੋਧ ਕਰ ਰਹੇ ਹੋ, ਫਿਲਮ ਦੇ ਵਿੱਚ ਐਸਾ ਕੀ ਹੈ, ਤੁਸੀਂ ਉਹਦਾ ਵਿਰੋਧ ਕਿਉਂ ਕਰ ਰਹੇ ਹੋ? ਅਸੀਂ ਆਪਦੇ ਦੇਸ਼ ਦੇ ਵਿੱਚ ਪਾਕਿਸਤਾਨ ਜ਼ਿੰਦਾਬਾਦ ਦਾ ਨਾਰਾ ਸੁਣੇ ਹੀ ਨਹੀਂ ਸਕਦੇ। ਸ਼ਿਵ ਸੈਨਾ ਪੰਜਾਬ ਹਮੇਸ਼ਾ ਪੰਜਾਬ ਤੋਂ ਉਲਟ ਕਿਉਂ ਚੱਲਦੀ ਹੈ, ਇਹਦਾ ਕੋਈ ਕਾਰਨ ਹੈ? ਹਿੰਦੁਸਤਾਨ ਮੁਰਦਾਬਾਦ ਦੇ ਨਾਰੇ ਲੱਗ ਰਹੇ, ਤੁਸੀਂ ਕਹਿ ਰਹੇ ਸ਼ਿਵ ਸੈਨਾ ਉਲਟ ਚੱਲਦੀ ਹੈ? ਕੰਗਣਾ ਰਣੌਤ ਦੀ ਮੂਵੀ ਜਦੋਂ ਆਉਂਦੀ ਹੈ, ਤੁਸੀਂ ਸਾਰਾ ਪੰਜਾਬ ਉਹਦੇ ਵਿਰੋਧ 'ਚ ਖੜਾ, ਤੁਸੀਂ ਹੱਕ 'ਚ ਖੜਦੇ ਹੋ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨ, ਤੇ ਮੈਂ ਜੈ ਕੁਮਾਰ। ਜਿਹੜੇ ਜਿਹੜੇ ਇਸ ਵੀਡੀਓ ਨੂੰ ਦੇਖ ਰਹੇ ਨੇ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸ਼ਿਵ ਸੈਨਾ ਪੰਜਾਬ ਦੇ ਆਗੂਆਂ ਨੂੰ ਕੋਈ ਨਾ ਕੋਈ ਮੁੱਦਾ ਜਿਹੜਾ ਚਾਹੀਦਾ ਹੀ ਹੁੰਦਾ। ਕਈ ਦਿਨਾਂ ਤੋਂ ਸ਼ਾਂਤ ਸੀ, ਪਰ ਅੱਜ ਫਿਰ ਇੱਕ ਵਾਰ ਵਿਵਾਦ ਜਿਹੜਾ ਛੇੜ ਕੇ ਬਹਿ ਗਏ ਨੇ, ਕਿਉਂਕਿ ਕਈ ਦਿਨਾਂ ਤੋਂ ਜਿਹੜੀ ਕੰਗਣਾ ਰਣੌਤ ਦੀ ਮੂਵੀ ਚੱਲ ਰਹੀ ਸੀ ਉਸਦੇ ਹੱਕ ਦੇ ਵਿੱਚ ਖੜੇ ਸੀ, ਪਰ ਹੁਣ ਦੂਜੇ ਪਾਸੇ ਸ਼ਾਹਕੋਟ ਮੂਵੀ ਆ ਰਹੀ ਹੈ ਜਿਸ ਦਾ ਵਿਰੋਧ ਕਰ ਰਹੇ ਨੇ, ਤਾਂ ਮੌਕਾ ਇਹਨਾਂ ਨੂੰ ਫਿਰ ਇੱਕ ਵਾਰ ਲੱਭਿਆ ਤਾਂ ਗੱਲਬਾਤ ਕਰਦੇ ਹਾਂ। ਪ੍ਰਧਾਨ ਜੀ, ਕੀ ਕਾਰਨ ਹੈਗਾ ਤੁਸੀਂ ਅੱਜ ਪੋਸਟਰ ਫਾੜ ਰਹੇ ਹੋ, ਮੂਵੀ ਆ ਰਹੀ ਹੈ, ਤੁਹਾਨੂੰ ਤਾਂ ਖੁਸ਼ੀਆਂ ਮਨਾਉਣੀ ਚਾਹੀਦੀ ਕਿ ਪੰਜਾਬ ਦੇ ਵਿੱਚ ਜਿਵੇਂ ਕਲਾਕਾਰੀ ਖਤਮ ਹੋ ਰਹੀ ਹੈ, ਕਲਾਕਾਰ ਖਤਮ ਹੋ ਰਹੇ ਨੇ, ਫਿਲਮ ਆ ਰਹੀ ਹੈ, ਤੁਹਾਨੂੰ ਕੀ ਦਿੱਕਤ ਹੈ? ਖੁਸ਼ੀ ਇਹ ਮਨਾਵਾਂ ਵੀ ਪਾਕਿਸਤਾਨ 'ਚ ਮੇਰੇ ਮੰਦਰ ਤੋੜੇ ਜਾ ਰਹੇ ਨੇ, ਮੇਰੇ ਦੇਵੀ ਦੇਵਤੇ ਦੇ ਮੰਦਰ ਤੋੜੇ ਜਾ ਰਹੇ ਨੇ, ਖੁਸ਼ੀ ਇਹ ਮਨਾਵਾਂ ਮੇਰੇ ਗੁਰੂਆਂ ਦੇ ਗੁਰੂ ਘਰ ਤੋੜੇ ਜਾ ਰਹੇ, ਖੁਸ਼ੀ ਇਹ ਮਨਾਵਾਂ ਹੈ ਇਹਨੂੰ ਗੁਰੂ ਰੰਧਾਵੇ ਨੂੰ ਅਗਰ ਬਾਹਲਾ ਹੀ ਪਿਆਰ ਆ, ਪਾਕਿਸਤਾਨ ਜਾ ਕੇ ਰਹਿਣਾ ਸ਼ੁਰੂ ਕਰ ਦੇ, ਆਪਣਾ ਕਾਰੋਬਾਰ ਚੱਕੇ, ਆਪਣਾ ਕੰਮ ਕਾਰ ਚੱਕੇ, ਫਿਲਮਾਂ ਉੱਥੇ ਬਣਾਵੇ ਜਾ ਕੇ, ਖਾਣਾ ਹਿੰਦੁਸਤਾਨ ਦਾ, ਗੁਣ ਗਾਣੇ ਪਾਕਿਸਤਾਨ ਦੇ, ਇਹਨੂੰ ਬਾਹਲਾ ਪਿਆਰ ਚੱਕਿਆ ਨਾ, ਇਹਨੂੰ ਪਾਕਿਸਤਾਨ ਜਾ ਕੇ ਰਹਿਣਾ। ਉਹ ਇੱਕ ਅਲੱਗ ਵਿਸ਼ਾ ਵਾ ਤੁਹਾਡੀ, ਤੁਸੀਂ ਫਿਲਮ ਨੂੰ ਲੈ ਕੇ ਵਿਰੋਧ ਕਰ ਰਹੇ ਹੋ, ਫਿਲਮ ਦੇ ਵਿੱਚ ਐਸਾ ਕੀ ਹੈ, ਤੁਸੀਂ ਉਹਦਾ ਵਿਰੋਧ ਕਿਉਂ ਕਰ ਰਹੇ ਹੋ?
ਜਿਸ ਫਿਲਮ 'ਚ ਭਾਰਤ ਮੁਰਦਾਬਾਦ ਦੇ ਨਾਅਰੇਬਾਜ਼ੀ ਕੀਤੀ ਹੈ, ਪਾਕਿਸਤਾਨ ਦੀ ਵਡਾਈ ਦਿਖਾਈ ਜਾਵੇ, ਮੈਂ ਕਿੱਦਾਂ ਬਰਦਾਸ਼ਤ ਕਰ ਲੂੰ? ਕੋਈ ਨਵੀਂ ਫਿਲਮ ਤਾਂ ਨਹੀਂ ਹੈ, ਬਹੁਤ ਸਾਰੀਆਂ ਫਿਲਮਾਂ ਆਈਆਂ, ਤੁਸੀਂ ਉਦੋਂ ਨਹੀਂ ਕੀਤਾ ਵਿਰੋਧ? ਭਾਈ ਸਾਹਿਬ ਹਿੰਦੁਸਤਾਨ ਕਿੱਦਾਂ ਬਰਦਾਸ਼ਤ ਕਰੇਗਾ? ਮੈਂ ਸਾਫ਼ ਕਹਿ ਰਿਹਾ, ਅਗਰ ਗੁਰੂ ਰੰਧਾਵਾ ਨੇ ਛੱਡੋ, ਕਿਸੇ ਹੋਰ ਪੰਜਾਬੀ ਐਕਟਰ ਨੇ ਫਿਲਮ ਦਿਖਾਉਣੀ ਹੈ, ਪਾਕਿਸਤਾਨ ਨਾਲ ਪ੍ਰੇਮ ਦਿਖਾਉਣਾ ਨਾ, ਉਹਨੂੰ ਇਹ ਦਿਖਾਉਣਾ ਚਾਹੀਦਾ ਵੀ ਜਦੋਂ 1947 ਸਾਡੀ ਆਬਾਦੀ ਸੀ ਨਾ 15% ਸੀ ਹਿੰਦੂ ਸਿੱਖਾਂ ਦੀ, ਅੱਜ 2% ਆਬਾਦੀ ਕਿੱਦਾਂ ਰਹਿ ਗਈ? 13% ਉਹ ਲੋਕ ਇਸ ਵਕਤ ਕਿਹੜੇ ਹਾਲਾਤਾਂ 'ਚ ਜੀ ਰਹੇ ਨੇ? ਉਹ ਹਾਲਾਤ ਦਿਖਾਉਣੇ ਚਾਹੀਦੇ ਸੀ। ਖੋਜੀ ਬੰਦਾ ਨਾ ਖੋਜੀ ਬਣਦਾ, ਖੋਜੀ ਕੋਈ ਐਕਟਰ ਬਣ ਕੇ ਇਹ ਕੱਢਦਾ, ਇਹ ਵੀ ਦਿਖਾਉਂਦਾ ਵੀ ਜਿਹੜੀਆਂ ਕੁੜੀਆਂ ਜ਼ਬਰਦਸਤੀ ਚੱਕ ਕੇ ਧਰਮ ਪਰਿਵਰਤਨ ਕਰਾ ਕੇ ਵਿਆਹ ਕਰਾਏ ਜਾ ਰਹੇ ਨੇ, ਉਹਨਾਂ ਕੁੜੀਆਂ ਦੇ ਹਾਲਾਤ ਕੀ ਨੇ ਉਹ ਦਿਖਾਉਂਦਾ। ਇਹ ਦਿਖਾਉਂਦਾ ਵੀ ਜਿਹੜਾ ਪੰਜਾਬ 'ਚ ਅੱਤਵਾਦੀ, ਜਿਹੜਾ ਪੰਜਾਬ 'ਚ ਹਿੰਦੂਆਂ ਦਾ ਮੁੰਡਾ ਮਾਰਿਆ ਗਿਆ, ਜਿਹੜਾ ਪੰਜਾਬ 'ਚ ਸਿੱਖਾਂ ਦਾ ਮੁੰਡਾ ਮਾਰਿਆ ਗਿਆ, ਉਹ ਪਾਕਿਸਤਾਨ ਦੀ ਸ਼ਹਿਰ 'ਤੇ ਮਾਰਿਆ ਗਿਆ, ਇਹਨੇ ਫਿਲਮ 'ਚ ਕਿਉਂ ਨਹੀਂ ਦਿਖਾਉਂਦਾ? ਮੈਨੂੰ ਤਕਲੀਫ ਤਾਂ ਆਵੇ, ਗੁਰੂ ਦਾਵਾ ਹੀ ਕਿਉਂ ਨਹੀਂ ਦਿਖਾਉਂਦਾ? ਗੁਰੂ ਦਾਵਾ ਇਹ ਕਿਉਂ ਨਹੀਂ ਕਹਿੰਦਾ ਵੀ ਜਿਹੜੇ ਭਾਰਤ 'ਚ ਵਿਸਫੋਟ ਹੋ ਰਹੇ ਨੇ, ਬੰਬ ਵਿਸਫੋਟ ਹੋ ਰਹੇ ਨੇ, ਉਹ ਸਾਰੇ ਪਾਕਿਸਤਾਨ ਦੀ ਸ਼ਹਿਰ 'ਤੇ ਹੋ ਰਹੇ ਨੇ, ਇਹ ਗੁਰੂ ਰੰਧਾਵਾ ਅਤੇ ਪੰਜਾਬੀ ਐਕਟਰ ਕਿਉਂ ਨਹੀਂ ਦਿਖਾਉਂਦੇ? ਨਹੀਂ, ਪਹਿਲਾਂ ਵੀ ਇਸ ਤਰ੍ਹਾਂ ਦੀਆਂ ਹਿੰਦੀ ਫਿਲਮਾਂ ਵੀ ਬਹੁਤ ਆਈਆਂ, ਤੁਸੀਂ ਉਦੋਂ ਵਿਰੋਧ ਨਹੀਂ ਕੀਤਾ, ਹੁਣ ਤੁਸੀਂ ਜਦੋਂ ਵੀ ਕੋਈ ਨਵੀਂ ਫਿਲਮ ਆਉਂਦੀ ਹੈ ਸ਼ਿਵ ਸੈਨਾ ਅੱਗੋਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੰਦੇ? ਸੁਣ ਲਓ ਜੀ, ਕਈ ਫਿਲਮਾਂ ਆਉਂਦੀਆਂ ਨੇ ਹਿੰਦੀ ਫਿਲਮਾਂ ਵੀ ਆਉਂਦੀਆਂ, ਉਹ 'ਚ ਦਿਖਾਇਆ ਜਾਂਦਾ ਪਾਕਿਸਤਾਨ ਦਾ ਵੀ ਦਿਖਾਇਆ ਜਾਂਦਾ, ਪਰ ਉਹ 'ਚ ਐਂਡ 'ਚ ਕੀ ਦਿਖਾਇਆ ਜਾਂਦਾ? ਹਿੰਦੁਸਤਾਨ ਦੀ ਫਤਿਹ ਦਿਖਾਈ ਜਾਂਦੀ, ਉਹ 'ਚ ਦਿਖਾਇਆ ਜਾਂਦਾ ਪਾਕਿਸਤਾਨ ਹਿੰਦੁਸਤਾਨ 'ਚ ਕੀ ਕਰਾ ਰਿਹਾ, ਵੀ ਬੰਬ ਵਿਸਫੋਟ ਵੇੜੇ ਕਰਾਏ ਜਾਂਦੇ ਨੇ, ਪਾਕਿਸਤਾਨ ਦੁਆਰਾ ਕਰਾਏ ਜਾਂਦੇ ਨੇ। ਮੈਂ ਤਾਂ ਪੰਜਾਬੀ ਐਕਟਰਾਂ ਨੂੰ ਵੀ ਕਹਿਣਾ ਚਾਹੁੰਦਾ ਨਾ ਵੀ ਤੁਹਾਨੂੰ ਪ੍ਰੇਮ ਹੈ ਪੰਜਾਬ ਨਾਲ, ਹਿੰਦੁਸਤਾਨ ਨਾਲ ਪ੍ਰੇਮ ਹੈ, ਜਿਸ ਧਰਤੀ ਦਾ ਖਾਨੇ ਹੋ, ਜਿਸ ਧਰਤੀ ਤੁਸੀਂ ਪੈਦਾ ਹੋਏ ਹੋ, ਉਸ ਧਰਤੀ ਲਈ ਵੀ ਕੁਛ ਕਰ ਲਓ। ਜਿਹੜੇ ਸਾਡੀ ਉੱਥੇ ਗੁਰੂ ਘਰ ਟੁੱਟ ਰਹੇ ਨੇ, ਸਾਡੇ ਮੰਦਰ ਟੁੱਟ ਰਹੇ, ਉਹ ਫਿਲਮਾਂ 'ਤੇ ਉਹਨਾਂ ਦੀਆਂ ਫਿਲਮਾਂ ਕਿਉਂ ਨਹੀਂ ਬਣਦੀਆਂ? ਜਿਹੜੀ 13% ਆਬਾਦੀ ਸਾਡੀ ਉੱਥੋਂ ਪਾਕਿਸਤਾਨ 'ਚੋਂ ਗਾਇਬ ਹੋ ਗਈ ਹੈ, ਉਹਨਾਂ ਨੂੰ ਕਿਉਂ ਨਹੀਂ ਲੱਭਿਆ ਜਾਂਦਾ ਫਿਲਮਾਂ ਰਾਹੀਂ? ਲੱਭਣ ਨਾ ਸਾਡੀਆਂ ਉਹ ਕੁੜੀਆਂ ਜਿਹੜੇ ਚੱਕ ਕੇ ਜਿਹਨਾਂ ਧਰਮ ਪਰਿਵਰਤਨ ਕਰਕੇ ਮੁਸਲਮਾਨ ਬਣਾ ਦਿੱਤੀ ਗਈਆਂ ਨੇ, ਉਹਨਾਂ ਨੂੰ ਕਿਉਂ ਨਹੀਂ ਦਿਖਾਇਆ ਜਾਂਦਾ? ਸਵਾਲ ਤਾਂ ਦੂਜੇ ਪਾਸੇ ਅਮਿਤ ਅਰੋੜਾ, ਜਿਨ੍ਹਾਂ ਨੂੰ ਤੁਸੀਂ ਸ਼ੇਰ ਦੇ ਨਾਮ ਤੋਂ ਜਾਣਦੇ ਹੋ, ਉਹ ਵੀ ਮੇਰੇ ਨਾਲ ਮੌਜੂਦ ਨੇ, ਪਿੱਛੇ ਕੰਗਣਾ ਰਣੌਤ ਫਿਲਮ ਦੀ ਕਾਫੀ ਹਮਾਇਤ ਕੀਤੀ ਹੈ, ਪਰ ਉਹ ਫਿਲਮ ਨਹੀਂ ਚੱਲੀ, ਇੰਨਾ ਜ਼ਿਆਦਾ ਪ੍ਰਮੋਸ਼ਨ ਕੀਤਾ ਇਹਨਾਂ ਨੇ, ਉਹ ਫਿਲਮ ਨਹੀਂ ਚੱਲੀ, ਅਤੇ ਹੁਣ ਦੂਜਾ ਸ਼ਾਹਕੋਟ ਮੂਵੀ ਦੀ ਜਿਹੜਾ ਵਿਰੋਧ ਕਰਨ ਪਹੁੰਚੇ ਨੇ, ਗੱਲਬਾਤ ਕਰਦੇ ਹਾਂ। ਪਿੱਛੇ ਤੁਸੀਂ ਬਹੁਤ ਜ਼ਿਆਦਾ ਹਮਾਇਤ ਕੀਤੀ ਸੀ ਕੰਗਣਾ ਰਣੌਤ ਦੀ ਫਿਲਮ ਦੀ, ਐਮਰਜੈਂਸੀ ਦੀ, ਉਹ ਚੱਲੀ ਨਹੀਂ, ਹੁਣ ਤੁਸੀਂ ਪੰਜਾਬ ਦੇ ਵਿੱਚ ਨਵੀਂ ਫਿਲਮ ਆ ਰਹੀ, ਇਹਦਾ ਵਿਰੋਧ ਕਰਨ ਕਿਵੇਂ? ਸਾਰਿਆਂ ਨਾਲ ਪਹਿਲਾਂ ਪੱਤਰਕਾਰ ਸਾਹਿਬ ਇਹ ਦੱਸਣਾ ਚਾਹੁੰਦਾ ਕਿ ਹਜੇ ਕੰਗਣਾ ਦੀ ਫਿਲਮ ਦਾ ਜਿਹੜੀ ਨਾ ਚੱਲਣ ਦਾ ਕਾਰਨ ਤੁਸੀਂ ਹੁਣ ਪਤਾ ਕੀ ਹੈ? ਫਿਲਮ ਚੱਲਣੀ ਹੈ, ਤੁਹਾਨੂੰ ਇਹ ਪਤਾ ਹੀ ਨਹੀਂ ਹੈ, ਡੇਟ ਫਾਈਨਲ ਹੋਣੀ ਹੈ ਔਰ ਬਹੁਤ ਜਲਦ ਡੇਟ ਫਾਈਨਲ ਹੋਊਗੀ, ਔਰ ਜਿਹੜੀ ਸ਼ਾਹਕੋਟ ਫਿਲਮ ਹੈ ਇਹ ਬੈਨ ਹੋਊਗੀ, ਇਹ ਫਿਲਮ ਬਿਲਕੁਲ ਨਹੀਂ ਚੱਲਣ ਦਿੱਤੀ ਜਾਊਗੀ ਪੂਰੇ ਹਿੰਦੁਸਤਾਨ 'ਚ, ਪੰਜਾਬ 'ਤੇ ਫਿਲਮ ਦਾ ਬਾਈਕਾਟ ਕਰਾਇਆ ਜਾਊਗਾ। ਔਰ ਜਿੰਨੇ ਵੀ ਮੇਰੇ ਭਰਾ ਸ਼ਿਵ ਸੈਨਿਕ ਨੇ, ਜਿਹੜੇ ਮੇਰੇ ਭਰਾ ਮੈਨੂੰ ਪੰਜਾਬ 'ਚ ਦੇਖ ਰਹੇ ਨੇ, ਜਿੱਥੇ ਵੀ ਗੁਰੂ ਰੰਧਾਵਾ ਦਾ ਕੋਈ ਸ਼ੋਅ ਜਾਂ ਪ੍ਰੋਗਰਾਮ ਲੱਗੇ, ਬਿਲਕੁਲ ਇਹਦਾ ਸ਼ੋਅ ਪ੍ਰੋਗਰਾਮ ਚੱਲਣ ਦੇਣਾ ਔਰ ਇਹਦਾ ਮੂੰਹ ਕਾਲਾ ਕਰਨਾ, ਕਿਉਂਕਿ ਜਿਹੜਾ ਇਹਦੇ ਪਾਕਿਸਤਾਨ ਪ੍ਰਤੀ ਮੋਹ ਜਾਗਿਆ ਇਹਦਾ ਮੋਹ ਖਤਮ ਕਰਨਾ ਸੀ, ਕਿਉਂਕਿ ਇਹ ਲੋਕ ਚੰਦ ਪੈਸੇ ਕਮਾਉਣ ਲਈ, ਜਿਹੜਾ ਚੰਦ ਪੈਸੇ ਕਮਾਉਣ ਲਈ ਜਿਹੜਾ ਸਾਡੇ ਹਿੰਦੁਸਤਾਨ, ਦੇਖੋ ਸਾਡੇ ਹਿੰਦੁਸਤਾਨ ਦੇ ਫੌਜੀ ਲਗਾ ਲਓ, ਸਾਡੇ ਭਾਰਤ ਦੇ ਫੌਜੀ ਸੈਨਿਕ ਲਗਾ ਲਓ, ਦੇਖੋ ਕਿੱਥੇ ਬੈਠੇ ਨੇ ਫੌਜੀ ਸਾਡੇ ਬੈਠੇ ਨੇ ਬਾਰਡਰਾਂ 'ਤੇ ਸਾਡੀ ਸੁਰੱਖਿਆ ਲਈ, ਔਰ ਇਹ ਚੰਦ ਪੈਸੇ ਕਮਾਉਣ ਲਈ ਕੀ ਕਰ ਰਹੇ ਨੇ? ਬਿਲਕੁਲ ਮੈਂ ਕਹਿੰਦਾ ਇਹਦਾ ਮੂੰਹ ਵੀ ਕਾਲਾ ਹੋਊਗਾ ਔਰ ਪੰਜਾਬ ਦੇ ਵਿੱਚ ਇਹਦੀ ਫਿਲਮ ਨਹੀਂ ਚੱਲਣ ਦਿੱਤੀ ਜਾਊਗੀ। ਔਰ ਕੱਲ੍ਹ ਮਾਨਯੋਗ ਜਿੰਨੇ ਵੀ SSP ਸਾਹਿਬ, ਮੇਰੇ ਸ਼ਿਵ ਸੈਨਿਕ ਭਰਾ, ਜਿੰਨੇ ਵੀ ਕਮਿਸ਼ਨਰ ਸਾਹਿਬ, ਸਭ ਨੂੰ ਦਰਖਾਸਤ ਦਿੱਤੀ ਜਾਊਗੀ ਅਤੇ ਦੇਸ਼ ਦਰੋਹ ਦਾ ਮੁਕੱਦਮਾ ਦਰਜ ਕਰਾਇਆ ਜਾਊਗਾ। ਸੈਨਾ ਕੋਲ ਧਾਰਮਿਕ ਮੁੱਦੇ ਖਤਮ ਹੋ ਗਏ ਫਿਲਮ ਨੂੰ ਲੈ ਕੇ ਬਹਿ ਗਏ? ਮੇਰੀ ਗੱਲ ਸੁਣੋ, ਤੁਸੀਂ ਇਸ ਚੀਜ਼ ਬਾਰੇ ਕੀ ਕਹੋਗੇ? ਤੁਸੀਂ ਪੱਤਰ ਸਾਹਿਬ, ਧਾਰਮਿਕ ਮੁੱਦੇ ਦੀ ਗੱਲ ਨਹੀਂ ਹੈਗੀ, ਜਿਹੜਾ ਇਹਨੇ ਪਾਕਿਸਤਾਨ ਪ੍ਰਤੀ ਆਪਣਾ ਪ੍ਰੇਮ ਦਿਖਾਇਆ ਉਹ ਅਸੀਂ ਬਰਦਾਸ਼ਤ ਨਹੀਂ ਕਰਨਾ, ਪਾਕਿਸਤਾਨ ਜਿਹੜੀ ਪਾਕਿਸਤਾਨ ਦੀ ਫਿਲਮ ਕੋਈ ਵੀ ਹੋਊਗੀ ਅਸੀਂ ਪੰਜਾਬ ਦੇ ਵਿੱਚ ਹਿੰਦੁਸਤਾਨ ਚੱਲਣ ਨਹੀਂ ਦੇਣੀ,
ਔਰ ਸਾਡੇ ਅੰਦਰ ਭਾਰਤ ਦਾ ਖੂਨ ਹੈ, ਹਿੰਦੁਸਤਾਨ ਦਾ ਖੂਨ ਹੈ। ਅਸੀਂ ਦਿਖਾਵਾਂਗੇ ਗੁਰੂ ਰੰਧਾਵਾ ਨੂੰ ਕਿ ਸ਼ੇਵ ਸੈਨਿਕ ਜਿਹੜਾ ਵਿਰੋਧ ਕਰਦੇ ਆ ਉਹਦੀ ਆਵਾਜ਼ ਕਿੱਤਕ ਜਾਂਦੀ ਹੈ, ਔਰ ਇਹਨੂੰ ਪ੍ਰੋਗਰਾਮ ਮਿਲਣੇ ਵੀ ਬੰਦ ਹੋਣ, ਪ੍ਰੋਗਰਾਮ ਵੀ ਨਹੀਂ ਮਿਲਣਗੇ, ਔਰ ਇਹਦਾ ਮੂੰਹ ਵੀ ਕਾਲਾ ਕੀਤਾ ਜਾਏ। ਲੱਗਦਾ ਨਹੀਂ ਕਿ ਉਹਨਾਂ ਚੀਜ਼ਾਂ ਦਾ ਵਿਰੋਧ ਕਰਨਾ ਚਾਹੀਦਾ ਜਿਹੜੇ ਸੋਸ਼ਲ ਮੀਡੀਆ 'ਤੇ ਭਰੇ ਪਏ ਅਸ਼ਲੀਲ ਵੀਡੀਓਜ਼ ਭਰੀਆਂ ਪਈਆਂ, ਉਹਦਾ ਵਿਰੋਧ ਕਰੋ। ਇਹਦਾ ਵਿਰੋਧ ਕਰਕੇ ਤੁਹਾਨੂੰ ਕੀ ਮਿਲਣਾ? ਉਹਦੇ ਨਾਲ ਸਮਾਜ ਸੁਧਰੇਗਾ? ਮੇਰੀ ਗੱਲ ਸੁਣੋ, ਸਮਾਜ ਵੱਲ ਧਿਆਨ ਨਹੀਂ ਤੁਹਾਡਾ? ਤੁਸੀਂ ਹਿੰਦੁਸਤਾਨੀ ਹੋ? ਹਾਂ ਬਿਲਕੁਲ ਹੈਗੇ। ਫਿਰ ਤੁਸੀਂ ਕਿਉਂ ਨਹੀਂ ਕਹਿੰਦੇ ਕਿ ਪਾਕਿਸਤਾਨ ਮੁਰਦਾਬਾਦ? ਬੋਲੋ ਬੋਲੋ, ਬੋਲ ਤੇ ਲੋ। ਨਹੀਂ ਤੁਸੀਂ ਧਾਰਮਿਕ ਮੁੱਦੇ ਦਾ, ਸ਼ਿਵ ਸੈਨਾ ਦਾ ਮਤਲਬ ਕੀ ਹੁੰਦਾ? ਸ਼ਿਵ ਸੈਨਾ ਦਾ ਮਤਲਬ ਇਹ ਹੁੰਦਾ ਕੋਈ ਧਾਰਮਿਕ ਮੁੱਦੇ ਨੂੰ ਲੈ ਕੇ ਕੋਈ ਗੱਲ ਕਰੋ, ਕੋਈ ਬਾਤ ਕਰੋ। ਕੋਈ ਵੀ ਫਿਲਮ ਆਉਂਦੀ ਹੈ ਪੰਜਾਬ ਦੇ ਵਿੱਚ, ਤੁਸੀਂ ਉਹੀ ਫਿਲਮ ਨੂੰ ਲੈ ਕੇ ਨਾਰੇ ਲਗਾਉਣੇ ਆ, ਪੋਸਟਰ ਫਾੜਨੇ। ਮੇਰੀ ਗੱਲ ਤੇ ਸੁਣੋ, ਸਾਡੇ ਅੰਦਰ ਖੂਨ ਹੈ ਹਿੰਦੁਸਤਾਨ ਦਾ, ਠੀਕ ਹੈ ਜੀ? ਅਸੀਂ ਕਿੱਦਾਂ ਬਰਦਾਸ਼ਤ ਕਰ ਲਈਏ ਹਿੰਦੁਸਤਾਨ ਦੇ ਬੱਚੇ ਸੀ? ਮੇਰੀ ਗੱਲ ਸੁਣੋ, ਅਸੀਂ ਕਿੱਦਾਂ ਬਰਦਾਸ਼ਤ ਕਰ ਲਈਏ ਕੋਈ ਇਹੋ ਜਿਹੜਾ ਸਿੰਗਰ ਫੁੱਦੂ ਜਿਹਾ, ਜਿਹੜਾ ਜਿਹਨੇ ਗਾਇਕ ਜਿਹਨੇ ਫਿਲਮ ਬਣਾਤੀ, ਅਸੀਂ ਕਿੱਦਾਂ ਬਰਦਾਸ਼ਤ ਕਰ ਲਈਏ ਕਿ ਉਹ ਪਾਕਿਸਤਾਨ ਦੀ ਵਾਹ ਵਾਹੀ ਕਰੇ? ਅਸੀਂ ਨਹੀਂ ਬਰਦਾਸ਼ਤ ਕਰਨੀ ਬਿਲਕੁਲ। ਅਸੀਂ ਇਹ ਫਿਲਮ ਦਾ ਸ਼ਾਹਕੋਰ ਫਿਲਮ ਦਾ ਪੂਰੇ ਆਲ ਵਰਲਡ ਹੈ ਜਿਹੜਾ ਬਾਈਕਾਟ ਕਰਾਵਾਂਗੇ, ਪੰਜਾਬ 'ਚ ਫਿਲਮ ਨਹੀਂ ਚੱਲਣ ਦਾਂਗੇ, ਔਰ ਹਰ ਸਿਨੇਮਾ ਘਰ ਨੂੰ ਕਹਿੰਦਾ ਕਿ ਉਹਦੀ ਆਪਣੀ ਜ਼ਿੰਮੇਵਾਰੀ ਹੋਵੇਗੀ ਜਿਹੜਾ ਫਿਲਮ ਚਲਾਊਗਾ। ਮੁੱਦੇ ਮੌਕੇ ਮੁੱਦੇ ਕਾਹਦੇ ਬੁਕਲੇ ਜੀ? ਮੁੱਦੇ ਤੇ ਚਲੋ ਚੱਲਦੇ ਹੀ ਰਹਿਣੇ ਆ, ਉਹੋ ਜੀ ਗੱਲ ਨਹੀਂ ਹੈਗੀ। ਪਰ ਸ਼ਿਵ ਸੈਨਾ ਪੰਜਾਬ ਕੋਲ ਮੁੱਦੇ ਮੁੱਕ ਚੁੱਕੇ ਨੇ, ਕੱਟ ਹੋਊਗਾ, ਇਹ ਫਿਲਮ ਨਹੀਂ ਚੱਲਣ ਦਿੱਤੀ ਜਾਊਗੀ, ਇਹ ਫਿਲਮ ਦਾ ਬਾਈਕਾਟ ਹੋਊਗਾ, ਇਹ ਫਿਲਮ ਬਿਲਕੁਲ ਨਹੀਂ ਅਸੀਂ ਚੱਲਣ ਦੇਵਾਂਗੇ। ਜ਼ੋਰ ਤਾਂ ਤੁਸੀਂ ਐਮਰਜੈਂਸੀ ਤੇ ਵੀ ਲਾਈ ਸੀ, ਉਹਦਾ ਵੀ ਤੁਹਾਡੇ ਅਗੇਂਸਟ ਹੀ ਹਾਲੇ ਤੱਕ ਫੈਸਲਾ ਹੈਗਾ? ਹਾਂਜੀ ਐਮਰਜੈਂਸੀ ਤੇ ਵੀ ਲਾਈ। ਚਲੋ ਉਹ ਲੱਗੇਗੀ, ਉਹ ਦੇਸ਼ ਭਗਤੀ ਦੀ ਫਿਲਮ ਹੈ, ਮੈਂ ਡਟ ਕੇ ਕੰਗਣਾ ਸਮਰਥਨ ਕਰਦਾ, ਔਰ ਗੁਰੂ ਰੰਧਾਵਾ ਦਾ ਵਿਰੋਧ ਕਰਦੇ ਆ ਪੂਰੇ ਪੰਜਾਬ 'ਚ ਕਰਾਵਾਂਗੇ ਜ਼ਰੂਰ। ਨਹੀਂ ਲੱਗਦਾ ਕਿ ਤੁਹਾਡੇ ਬੋਲਣ ਦੇ ਨਾਲ, ਤੁਹਾਡੇ ਪੋਸਟਰ ਫਾੜਨ ਦੇ ਨਾਲ ਉਹ ਫਿਲਮ ਰੁਕ ਜੂਗੀ? ਬਿਲਕੁਲ ਜੀ, ਤੁਸੀਂ ਦੇਖ ਲੈਣਾ ਇਹ ਆਵਾਜ਼, ਦੇਖ ਲੈਣਾ ਇਹ ਚੈਨਲ ਕਿਹੜਾ, ਸਿਟੀ ਹੈਡਲਾਈਨ, ਆਵਾਜ਼ ਦੇਖਣਾ ਕਿੱਦਾਂ ਵੀ ਜਾਂਦੀ। ਔਰ ਇਹ ਫਿਲਮ ਦਾ ਡਟ ਕੇ ਵਿਰੋਧ ਹੋਊਗਾ, ਔਰ ਫਿਲਮ ਬੈਨ ਹੋਊਗੀ, ਔਰ ਇਹ ਫਿਲਮ ਚੱਲਣ ਨਹੀਂ ਦਿੱਤੀ ਜਾਊਗੀ। ਸੋ ਗੱਲਬਾਤ ਕੀਤੀ, ਸ਼ਿਵ ਸੈਨਾ ਆਗੂ ਸਾਰੇ ਮੌਜੂਦ ਸਨ, ਲਗਾਤਾਰ ਕਿਸੇ ਨਾ ਕਿਸੇ ਵਿਵਾਦ ਨੂੰ ਲੈ ਕੇ ਚਰਚਾ ਦੇ ਵਿੱਚ ਰਹਿੰਦੇ ਨੇ, ਤਾਂ ਹਾਲਾਂ ਦੇ ਵਿੱਚ ਸ਼ਾਹਕੋਟ ਦਾ ਪੋਸਟਰ ਰਿਲੀਜ਼ ਹੋਇਆ, ਟੀਜ਼ਰ ਰਿਲੀਜ਼ ਹੋਇਆ, ਅਤੇ ਉਸ ਨੂੰ ਲੈ ਕੇ ਸ਼ਿਵ ਸੈਨਾ ਕਾਗੂ ਨੂੰ ਫਿਰ ਇੱਕ ਜਿਹੜਾ ਮਸਾਲਾ ਕਹਿ ਸਕਦੇ ਹੋ ਮਿਲ ਗਿਆ, ਵਿਵਾਦ ਕਰਨ ਦਾ ਜਿਹੜਾ ਸਮਾਨ ਹੈ ਉਹ ਇਹਨਾਂ ਨੂੰ ਮਿਲ ਗਿਆ, ਅਤੇ ਲਗਾਤਾਰ ਉਸ 'ਤੇ ਵਿਵਾਦ ਕਰਦੇ ਹੋਏ ਨਜ਼ਰ ਆ ਰਹੇ ਨੇ। ਪਰ ਦੇਖਣਾ ਇਹ ਹੋਏਗਾ ਕਿ ਸ਼ਿਵ ਸੈਨਾ ਪੰਜਾਬ ਦੇ ਇਸ ਵਿਰੋਧ ਦਾ ਕੋਈ ਅਸਰ ਹੁੰਦਾ ਹੈ ਜਾਂ ਨਹੀਂ, ਇਹ ਫਿਲਮ ਥੀਏਟਰਾਂ ਦੇ ਵਿੱਚ ਚੱਲਦੀ ਹੈ, ਪੰਜਾਬ ਦੇ ਲੋਕ ਇਸ ਨੂੰ ਪਸੰਦ ਕਰਦੇ ਨੇ ਜਾਂ ਨਹੀਂ। ਨਾ ਤੁਸੀਂ ਫਿਲਮ ਦੇਖਣ ਜਾਂਦੇ ਹੋ, ਨਾ ਕੋਈ ਲੈਣਾ ਤੁਹਾਡਾ, ਨਾ ਦੇਣਾ, ਵਿਰੋਧ ਕਰਨ ਨੂੰ ਤੁਸੀਂ ਪਹਿਲਾਂ ਖੜੇ ਹੁੰਦੇ ਹੋ? ਅਸੀਂ ਆਪਦੇ ਦੇਸ਼ ਦੇ ਵਿੱਚ ਪਾਕਿਸਤਾਨ ਜਿੰਦਾਬਾਦ ਦਾ ਨਾਰਾ ਸੁਣੇ ਹੀ ਨਹੀਂ ਸਕਦੇ, ਫਿਲਮ ਦੇਖਣ ਦੂਰ ਦੀ ਗੱਲ ਹੈ ਬਾਈ ਜੀ। ਸਾਡੇ ਨਾਰਾ ਕੰਨਾਂ 'ਚ ਨਾਰਾ ਵੱਜਦਾ ਨਾ, ਸਾਡੇ ਰੂਮ 'ਤੇ ਖੜੇ ਹੋ ਜਾਂਦੇ ਵੀ ਪਾੜ ਦੀ ਜਿਹਨੇ ਲਾਰਾ ਲਾਇਆ ਵੈ, ਇਹੀ ਗੱਲ ਸਮਝੋ। ਇਹੀ ਪਾਕਿਸਤਾਨ ਹੈ ਜਿਹਨੇ ਪੁਲਵਾਮਾ ਅਟੈਕ ਕਰਾਇਆ, ਇਹੀ ਪਾਕਿਸਤਾਨ ਹੈ 26/11 ਅਟੈਕ ਕਰਾਇਆ, ਇਹੀ ਪਾਕਿਸਤਾਨ ਹੈ ਜਿਹਨੇ ਕਾਰਗਿਲ ਦੀ ਜੰਗਾਂ ਵਿੱਚ ਸਾਡੇ ਜਵਾਨਾਂ ਦੇ ਸੀਸ ਲੈ ਗਏ ਸੀਗੇ, ਇਹੀ ਪਾਕਿਸਤਾਨ ਹੈ 2014 ਜੰਮੂ ਕਸ਼ਮੀਰ ਦੇ ਵਿੱਚ ਸਾਡੇ ਦੋ ਸਿਪਾਹੀ ਬਾਰਡਰ ਕ੍ਰੋਸ ਕਰਕੇ ਜੋ ਉਹਨਾਂ ਦੇ ਸੀਸ ਵੱਢ ਕੇ ਸਰੀਰ ਖੁਦ ਪੁੱਦ ਕਰਕੇ ਇਹਨਾਂ ਸਾਨੂੰ ਭੇਜੇ ਸੀਗੇ, ਉਸ ਪਾਕਿਸਤਾਨ ਦਾ ਨਾਰਾ ਅਸੀਂ ਕਿੱਦਾਂ ਆਪਣੇ ਦੇਸ਼ ਦੇ ਵਿੱਚ ਜਿੰਦਾਬਾਦ ਲੱਗਣ ਦੇ ਦਈਏ? ਸ਼ਿਵ ਸੈਨਾ ਪੰਜਾਬ ਹਮੇਸ਼ਾ ਪੰਜਾਬ ਤੋਂ ਉਲਟ ਕਿਉਂ ਚੱਲਦੀ ਹੈ, ਇਹਦਾ ਕੋਈ ਕਾਰਨ ਹੈ? ਪੰਜਾਬ ਤੋਂ ਉਲਟ ਚੱਲੇ ਭਾਜੀ, ਪੰਜਾਬ ਵਿਰੋਧੀ ਨਾਰੇ ਲੱਗ ਰਹੇ ਫਿਲਮ 'ਚ, ਹਿੰਦੁਸਤਾਨ ਮੁਰਦਾਬਾਦ ਦੇ ਨਾਰੇ ਲੱਗ ਰਹੇ, ਤੁਸੀਂ ਕਹਿ ਰਹੇ ਸ਼ਿਵ ਸੈਨਾ ਉਲਟ ਚੱਲਦੀ ਹੈ? ਕੰਗਣਾ ਰਣੌਤ ਦੀ ਮੂਵੀ, ਕੰਗਣਾ ਰਣੌਤ ਦੀ ਮੂਵੀ ਜਦੋਂ ਆਉਂਦੀ ਹੈ ਤੁਸੀਂ ਸਾਰਾ ਪੰਜਾਬ ਉਹਦੇ ਵਿਰੋਧ 'ਚ ਖੜਾ, ਤੁਸੀਂ ਹੱਕ 'ਚ ਖੜਦੇ ਹੋ। ਹੁਣ ਇਹ ਫਿਲਮ ਸਾਰੇ ਲੋਕ ਦੇਖਣਾ ਚਾਹੁੰਦੇ ਨੇ, ਤੁਸੀਂ ਉਹਦੇ ਵਿਰੋਧ? ਬਿਲਕੁਲ, ਇੱਕ ਅਰਦਾਸ ਮੂਵੀ ਗਿੱਪੀ ਗਰੇਵਾਲ ਦੀ ਆਈ ਆ, ਉਹ 'ਚ ਸ਼੍ਰੀ ਤਖਤ ਹਜ਼ੂਰ ਸਾਹਿਬ ਦਾ ਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਦਿਖਾਇਆ, ਅਰਦਾਸ ਹੋ ਰਹੀ, ਮੂਰਖ ਲੋਕ ਪਤਾ ਕੀ ਕਰ ਰਹੇ ਆ, ਅਰਦਾਸ 'ਚ ਐਂ ਖੜੇ ਹੋ ਗਏ। ਜਦੋਂ ਗੁਰੂ ਘਰ 'ਚ ਅਰਦਾਸ ਹੁੰਦੀ, ਕਿਤੇ ਵੀ ਗੁਰੂ ਅਰਦਾਸ ਹੁੰਦੀ ਆ, ਪੈਰਾਂ ਤੋਂ ਨੰਗੇ ਤੇ ਸਿਰ ਟੱਕਿਆ ਹੋਣਾ ਚਾਹੀਦਾ। SGP ਨੇ ਇਹੋ ਜਿਹੀ ਕਿਹੜੀ ਪੱਟੀ ਬੰਨ ਲਈ ਜਿਹੜੀ ਉਹਨਾਂ ਨੂੰ ਸਿੱਖ ਧਰਮ ਦਾ ਅਬ ਅਜ ਵੀ ਹੁੰਦੀ ਨਜ਼ਰ ਨਹੀਂ ਆਈ? ਐਮਰਜੈਂਸੀ ਮੂਵੀ 'ਚ ਕੀ ਗਲਤ ਦਿਖਾਇਆ ਸੀ ਦੱਸੋ ਮੈਨੂੰ।
ਜਿਹੜੀ ਮੂਵੀ ਪੰਜਾਬ 'ਚ ਲੱਗ ਰਹੀ ਆ ਔਰ ਪੰਜਾਬ ਵਿਰੋਧੀ ਨਾਰੇ ਲੱਗ ਰਹੇ, ਅਸੀਂ ਉਹ ਮੂਵੀ ਲੱਗਣ ਦੇ ਦਈਏ? ਆਪਣੇ ਦੇਸ਼ 'ਚ ਉਹ ਮੂਵੀ ਚੱਲਣ ਦੇ ਦਈਏ? ਦਿੱਕਤ ਇਹੀ ਆ, ਸਾਡਾ ਹਿੰਦੁਸਤਾਨ ਵਿਰੋਧੀ ਨਾਰੇ ਲੱਗੇਗੇ, ਹਿੰਦੁਸਤਾਨ ਮੁਲਦਾਬਾਦ ਦੇ ਨਾਰੇ ਲੱਗੇਗੇ। ਨਵੀਂ ਫਿਲਮ ਤਾਂ ਨਹੀਂ ਆਈ, ਪਹਿਲਾਂ ਵੀ ਬਹੁਤ ਸਾਰੀਆਂ ਫਿਲਮਾਂ ਆਈਆਂ, ਉਦੋਂ ਤੁਸੀਂ ਕਿਉਂ ਨਹੀਂ ਲਈ? ਮੂਵੀ 'ਚ ਦੱਸ ਦਿਓ ਹਿੰਦੁਸਤਾਨ ਮੁਲਦਾਬਾਦ ਦੇ ਨਾਰੇ ਲੱਗੇ ਹੋਣ, ਦੱਸੋ ਮੈਨੂੰ ਕਿਹੜੀ ਮੂਵੀ 'ਚ? ਗਦਰ ਮੂਵੀ ਵੀ ਬਣੀ ਸੀ ਨਾ, ਹਿੰਦੁਸਤਾਨ ਮੁਲਦਾਬਾਦ ਦੇ ਨਾਰੇ ਨਹੀਂ ਲੱਗੇ? ਹੁਣ ਵੀ ਮੂਵੀ ਦੇਖ ਲਈਓ, ਹਿੰਦੁਸਤਾਨ ਮੁਲਦਾਬਾਦ ਦੇ ਨਾਰੇ ਨਹੀਂ ਲੱਗੇ ਸੀ, ਸਿਰਫ ਐ ਇਸ਼ਾਰਾ ਦਿਖਾਇਆ ਸੀਗਾ, ਚੱਲੀ ਨਾ ਮੂਵੀ। ਜਿਹੜੀਆਂ ਫਿਲਮਾਂ ਦਾ ਤੁਹਾਨੂੰ ਵਿਰੋਧ ਕਰਨਾ ਚਾਹੀਦਾ, ਸੋਸ਼ਲ ਮੀਡੀਆ ਤੁਸੀਂ ਵੀ ਦੇਖਦੇ ਹੋ, ਅਸੀਂ ਵੀ ਦੇਖਦੇ ਹਾਂ, ਸਾਰੇ ਦੇਖਦੇ ਆ, ਜਿਹਨਾਂ ਦਾ ਵਿਰੋਧ ਕਰਨਾ ਚਾਹੀਦਾ। ਅਸ਼ਲੀਲ ਵੀਡੀਓ ਆਉਂਦੀ ਉਹਦੇ 'ਤੇ ਸ਼ਿਵ ਸੈਨਾ ਬੋਲਦੀ ਨਹੀਂ, ਕੋਈ ਨਵੀਂ ਫਿਲਮ ਆ ਜਾਵੇ ਉਹਨੂੰ ਲੈ ਕੇ ਤੁਸੀਂ ਬਹਿ ਜਾਂਦੇ ਹੋ। ਕਿਹੜੀ ਨਵੀਂ ਫਿਲਮ ਦਾ? ਜਦੋਂ ਅਸੀਂ ਉਹਨਾਂ ਦਾ ਵਿਰੋਧ ਕਰਨਾ ਸ਼ੁਰੂ ਕਰਿਆ, ਤੁਹਾਡੇ ਵਰਗੇ ਪੱਤਰਕਾਰ ਭਾਈ, ਅਸੀਂ ਇੰਨੇ ਕਰੈਕਟਰ ਲੈਸ ਨਹੀਂ, ਜੈ ਭਾਜੀ ਕਿ ਅਸੀਂ ਅਸ਼ਲੀਲ ਵੀਡੀਓ ਦੇਖਣਗੇ, ਅਸੀਂ ਇੰਨੇ ਕਰੈਕਟਰ ਲੈਸ ਨਜ਼ਰ ਤਾਂ ਆਂਦਾ ਨਾ, ਤੁਹਾਡੀ ਯੁਵਾ ਪੀੜ੍ਹੀ ਤਾਂ ਦੇਖਦੀ ਨਾ ਉਹਨਾਂ ਚੀਜ਼ਾਂ ਨੂੰ, ਤੇ ਉਹਦੇ ਤੇ ਵਿਰੋਧ ਕਰੋ। ਸਾਰੀ ਯੁਵਾ ਪੀੜ੍ਹੀ ਨੂੰ ਜਾਗਰੂਕ ਕਰਨ ਦਾ ਠੇਕਾ ਕਿਆ ਸ਼ਿਵ ਸੈਨਾ ਪੰਜਾਬ ਨੇ ਲੈ ਲਿਆ? ਫਿਰ ਇਸ ਫਿਲਮ ਦਾ ਤੁਸੀਂ ਠੇਕਾ ਲਿੱਤਾ? ਇਸ ਫਿਲਮ ਦਾ ਤਾਂ ਠੇਕਾ ਲਿੱਤਾ, ਮੇਰੇ ਦੇਸ਼ ਵਿਰੋਧੀ ਨਾਰੇ ਲੱਗੇ ਆ, ਭਾਰਤ ਮੁਲਦਾਬਾਦ ਦੇ ਨਾਰੇ ਲੱਗੇ। ਮੈਨੂੰ ਦੁੱਖ ਇਸ ਚੀਜ਼ ਦਾ ਹੋ ਰਿਹਾ, ਗੁਰੂ ਰੰਧਾਵਾ ਜੀ ਨੂੰ ਇੰਨੇ ਪਾਕਿਸਤਾਨ ਨਾਲ ਪਿਆਰ ਆ ਨਾ, ਪਾਕਿਸਤਾਨ ਹੀ ਜਾ ਕੇ ਬੈਠ ਜਾਣ, ਮੈਨੂੰ ਕਿੱਦਾਂ ਪਤਾ ਇਸ ਫਿਲਮ ਤੋਂ ਕੀ ਸ਼ੋ ਹੋ ਰਿਹਾ। ਮਾਂ ਉਹਦਾ ਹੀ ਪਾਕਿਸਤਾਨ ਦੀ ਗੁਰੂ ਰੰਧਾਵਾ ਜੀ ਦੀ, ਪਿਓ ਦਾ ਹਿੰਦੁਸਤਾਨ ਦਾ ਵਾ, ਤਾਂ ਹੀ ਉਹਨੂੰ ਪਿਆਰ ਨਜ਼ਰ ਆਇਆ। ਮਾਂ ਉਹਦੀ ਪਾਕਿਸਤਾਨ ਦੀ ਆ, ਪਿਓ ਦਾ ਹਿੰਦੁਸਤਾਨ ਦਾ, ਗੁਰੂ ਰੰਧਾਵਾ ਦਾ, ਫਿਰ ਉਹ ਪਾਕਿਸਤਾਨ ਹੀ ਚਲੇ ਜੇ। ਇੱਕ ਗੱਲ ਦਾ ਮੇਰੀ ਜਵਾਬ ਦਿਓ ਪੱਤਰਕਾਰ ਸਾਹਿਬ, ਸਾਡੇ ਮੰਦਰ ਜਿਹੜੇ ਪਾਕਿਸਤਾਨ 'ਚ ਸੀ, ਸਾਡੇ ਗੁਰੂ ਘਰ ਸੀਗੇ ਸਵੈ ਨਨਕਾਣਾ ਸਾਹਿਬ ਤੋਂ, ਕਿੱਥੇ ਗਏ ਬਾਕੀ ਗੁਰੂ ਘਰ? ਉਹਦਾ ਵਿਰੋਧ ਤਾਂ ਤੁਹਾਡੇ ਵੱਲੋਂ ਦੇਖਿਆ ਨਹੀਂ ਕਿਤੇ। ਫਿਰ ਮੈਨੂੰ ਲੱਗਦਾ ਤੁਸੀਂ ਪੱਤਰਕਾਰ ਸਾਹਿਬ ਫਿਰ ਸਾਡੀ ਲੈ ਹੀ ਨਹੀਂ ਕੋਈ ਇੰਟਰਵਿਊ, ਦੇਖਿਆ ਨਹੀਂ ਤੁਸੀਂ? ਜਿਸ ਤਰ੍ਹਾਂ ਫਿਲਮਾਂ ਦਾ ਵਿਰੋਧ ਕਰਦੇ ਹੋ, ਉਸ ਤਰ੍ਹਾਂ ਉਹਦਾ ਵੀ ਵਿਰੋਧ ਕਰੋ ਨਾ। ਤਾਂ ਹੀ ਫਿਲਮ ਦਾ ਵਿਰੋਧ ਹੋ ਰਿਹਾ, ਤਾਂ ਹੀ ਫਿਲਮ ਦਾ ਅਸੀਂ ਵਿਰੋਧ ਕਰ ਰਹੇ ਹਾਂ। ਜਿਸ ਮੁਲਕ 'ਚ ਸਾਡੇ ਧਰਮ ਦੇ ਲੋਕ, ਸਾਡੇ ਮੰਦਰ, ਸਾਡੇ ਗੁਰਦੁਆਰੇ ਸੇਵ ਨਹੀਂ, ਅਸੀਂ ਉਸ ਮੁਲਕ ਦੀ ਵਾਹ ਵਾਹ ਕਿਉਂ ਕਰੀਏ? ਇਹੀ ਚੀਜ਼ ਦਾ ਤਾਂ ਵਿਰੋਧ ਕਰ ਰਹੇ ਹਾਂ, ਹੋਰ ਅਸੀਂ ਕਿਸ ਚੀਜ਼ ਦਾ ਵਿਰੋਧ ਕਰ ਰਹੇ ਹਾਂ? ਜੇ ਫਿਲਮ ਫਿਰ ਵੀ ਚੱਲੀ ਤੁਹਾਡੇ ਇਸ ਵਿਰੋਧ ਤੋਂ ਬਾਅਦ ਫਿਰ ਕੀ ਕਰੋ? ਦੇਖੋ ਮੈਂ ਸਾਰੇ ਪੱਤਰਕਾਰਾਂ ਨੂੰ ਇਹੀ ਜਵਾਬ ਦਿੱਤਾ ਵਾ, ਫਿਰ ਕਹਿਣਗੇ ਸ਼ਿਵ ਸੈਨਾ ਗੁੰਡੇ ਨੇ, ਸ਼ਿਵ ਸੈਨਾ ਭੜਕਾਊ ਬਿਆਨ ਦਿੰਦੇ ਆ। ਜੇਕਰ ਕਿਸੇ ਥੀਏਟਰ 'ਚ ਮੂਵੀ ਚੱਲ ਗਈ, ਉਹ ਥੀਏਟਰ ਦਾ ਮਾਲਕ ਤੇ ਉਹ ਮੈਨੇਜਰ ਖੁਦ ਜ਼ਿੰਮੇਵਾਰ ਹੋਊਗਾ। ਫਿਰ ਨਾ ਕਰੀਓ ਕਿ ਸ਼ਿਵ ਸੈਨਾ ਵਾਲਿਆਂ ਨੇ ਆਹ ਕਿਹੜਾ ਚੰਨ ਚਾੜਤਾ।